ओम अंतरमन है संतरा
موقع ستيشن داريا جيغار
गुरमति हर हर बोलो दिखिया जगत में तोले गुरु सतगुरु नाम दे रायो मन अंतम पावो लेट करिए ना मैं हाडी जोड़ के नाम घर का दास गुरु सतगुरु की बोल बोले लोक महला पंजवा जप ओंकार सतगुरु प्रसाद भरते उसी जे मुख न मोड़ा नो जुनिया तुया का खाई ਸਾਰੇ ਗਾੜੇ ਕੋਨ ਕਤੇ ਬਿਹੀ ਜਿੰਨਾ ਕਾਰਨ ਆਈ ਕਣੀ ਵੀ ਹੋਣਾ ਬਾਤ ਤੰਗਾ ਦੇ ਭਾਈ ਸਿੱਪੀ ਜਾਲੇ ਤੂੰ ਹੀ ਵੈਤ ਲੋਦੰਗੜੀ ਸੋਹਾ ਨਾਨਕ ਜਹ ਸਹਿ ਨਾਲੇ ਵੈਤ ਸਭ ਦੇ ਰਾਗੀ ਐ ਨਾਮ ਰੰਗ ਦੇ ਰਾਗ ਜਿਤੇ ਪੰਜ ਪੈਰਾਈਆ ਨਾਨਕ ਸਫਲ ਮਾਰੇ ਰਾਗ ਸੌਦਾ ਕਰਨ ਬਣ ਜਾ ਪੰਥਾ ਪ੍ਰੇਮ ਨਾ ਜਾਣੀ ਭੁੱਲੀ ਫਿਰੈ ਗਵਾਰ ਨਾਨਕ ਹਰ ਬੇਸਰਾਏ ਜਾਰਵਾ
I'm gonna go.
Thank you.
Bye.
Thank you.
Yeah.
Thank you.
राम देवा ਆਨੰਦ ਕੌਂਕਾਰ ਸਤਿਗੁਰ ਪ੍ਰਸਾਦ
आनंद में अंगिमाए सतगुरु में पाया सतगुरु का पाया कहे दिखे की मन लगिया त्याग तू परवार परिया शब जगावण आईना चल दो सगाओ हरि तेरा मन जिनी बसाया कहे लाल के आनंद हुआ सतगुरु में पाया ए मन मेरे आत्म सदार हरना भला रहो तू मन मेरे ਕੁਰਬਾਨ ਕੀਤਾ ਗੁਰੂ ਵਿੱਚੋਂ ਦਿਸਦੀਆਂ ਏ ਵਡਿਆਈਆਂ ਕਹੇ ਨਾਨਕ ਸੁਣੋ ਨਾਨਕ ਤੋਂ ਸ਼ਬਦ ਭਰੋਸੇ ਆਰੋ ਸਾਚਾ ਨਾਮ ਮਿਰਾਇਆ ਵਾਗੇ ਸਮੂਹ ਪਰਿਵਾਰ ਵੱਲੋਂ
ਗਰੀਬਨਵਾਸ ਜੀਓ ਪਰਿਵਾਰ ਦੇ ਰੋਗ ਸਾਗਰ ਦੀ ਕਲਾ ਸੁਖ ਸ਼ਾਂਤੀ ਅਤੇ ਆਪ ਜੀ ਦੇ ਪਾਵਨ ਚਰਨ ਪਰਮ ਜੀ ਆਪ ਜੀ ਦੀ ਬਖਸ਼ਿਸ਼ ਹੋਈ ਪਾਵਨ ਬਾਣੀ ਮਦ ਸੰਪੂਰਨਤਾ ਸਹਿਤ ਭੋਗ ਪਾਏ ਹਰ ਸ਼ਬਦ ਬਾਣੀ ਕੀਰਤਨ ਹਨ ਗਰੀਬ ਨਿਵਾਸ ਮਗਨ ਬਾਣੀ ਪੜਦੇ ਹਾਂ, ਜਾਪ ਕਰਦੇ ਹਾਂ, ਕੀਰਤਨ ਕਰਦੇ ਹਾਂ, ਸੇਵਾ ਕਰਦੇ ਹਾਂ। ਕਈ ਪ੍ਰਕਾਰ ਦੀਆਂ ਭੁੱਲ ਗਲਤੀਆਂ ਆਪਣੇ ਅਣਜਾਣ ਦਾਸ ਦੇ ਜਾਣ ਕੇ ਖਿਮਾ ਕਰਨ ਦੀ ਅੱਗੇ ਵਾਸਤੇ ਸਮਰਥ ਬਖਸ਼ਣੀ। ਸ਼ੁੱਧ ਬਾਣੀ ਪੜ੍ਹਨ ਦੇ, ਜਾਪ ਕਰਨ ਦੇ, ਕੀਰਤਨ ਕਰਨ ਦੇ, ਸੇਵਾ ਕਰਨ ਦੇ ਬਲ ਉਦਮ ਬਖਸ਼ਣੇ ਪਾਤਸ਼ਾਹ ਜੀ ਨੂੰ ਪਰਿਵਾਰ ਵੱਲੋਂ ਆਪ ਜੀ ਨੂੰ ਪੁੱਛਾ ਕੇ ਯਥਾ ਸ਼ਕਤ ਮਾਇਆ ਬਸਤਰ ਹਾਜ਼ਰ ਹਨ। ਪਰਿਵਾਰਕ ਦੇ ਰੋਕਤਾ ਬਖਸ਼ੋ, ਚੜ੍ਹਦੀ ਕਲਾ ਕਰੋ, ਚਰਨਾਂ ਨਾਲ ਜੋੜੋ, ਬਾਣੀ ਨਾਲ ਜੋੜੋ, ਦਰਕਰ ਦਾ ਪ੍ਰੇਮ ਪਿਆਰ ਸ਼ਰਧਾ ਵਿਸ਼ਵਾਸ ਬਖਸ਼ੋ। ਅੰਗ ਸੰਗ ਸਹਾਈ ਹੋਣਾ, ਆਪਣੇ ਜਾਣ ਕੇ ਪ੍ਰਤ ਪਾਲਣਾ ਜੀ ਗਰੀਬ ਨੂੰ ਆਜ ਹਰੀ ਅੰਦਰ ਗ੍ਰਹਿ ਪ੍ਰਸ਼ਾਦ ਦੇ। ਲੰਗਰ ਦਾ ਥਾਲ ਸਿਰਕੇ ਹਾਜ਼ਰ ਹੈ, ਕਰੀ ਪਾਤਸ਼ਾਹ ਲਾਵੋ ਭੋਗ ਹਰ ਰਾਜ। ਸ਼ੀਤ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤੇ, ਜੋ ਸ਼ਕਤੀ ਸੋ ਆਪ ਜੀ ਦਾ ਪਾਵਨ ਨਾਮ ਜਪੇ ਜੀ ਗਰੀਬ ਨੂੰ ਆਜ ਭੋਗ ਦੇ ਸਮੇਂ ਸੰਗਤਾਂ ਦੀਆਂ ਹਾਜ਼ਰੀਆਂ। ਤਿਲ ਫੁੱਲ ਭੇਟਾਵਾਂ ਦਰ ਪਰਿਵਾਰ ਕਰੋ, ਸੁਭਨਾਂ ਦੇ ਘਰ ਪਰਿਵਾਰ ਹੀ ਸੁੱਖ ਵਰਤਾਓ, ਨਗਰ ਖੇੜੇ ਸੁੱਖ ਵਰਤਾਓ, ਚੜ੍ਹਦੀ ਕਲਾ ਕਰੋ ਜੀ ਗਰੀਬ ਨੂੰ ਆਜ। ਸ਼੍ਰੀ ਮੁਖ ਵਾਕ ਬਖਸ਼ ਕੇ ਕਿਰਪਾਤ ਕਰੋ, ਜੋ ਜੀ ਆਪ ਜੀ ਦੇ ਦਰ ਆਵੇ ਰਾਜੀ ਪਰ ਸਮਝਾਵੇ, ਧੰਨ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸੋ ਚੰਦਾ ਉਗੋ ਸੂਰਜ ਚੜ੍ਹਿਆ, ਸਾਡੇ ਸ਼ਬਦ ਦਾ ਹੇਰ ਫੇਰ ਤੇ ਨਹੀਂ ਬਣ ਗਿਆ,
ਮੂੰਹ ਮਲਾਦੇ ਪੂਰੇ ਕਰਨ ਵਾਸਤੇ ਪਿਓ ਪੁੱਤ ਦੇ ਅੱਗੇ ਹੱਥ ਜੋੜੀ ਖੜਾ ਪੁੱਤ ਪਿਓ ਦੇ ਡੰਡਾ ਤੇ ਗੁਜ਼ਰ ਹੈ ਜਿੱਥੇ ਜਥਾਰਤ ਕਹਿਣ ਦੀ ਸ਼ਕਤੀ ਹੈ ਜਿੱਥੇ ਵਾਸਤਵਿਕ ਸੁਣਨ ਦਾ ਦਿਲ ਹੈ ਇਸ ਸਭ ਕੁਝ ਦੇ ਪਿੱਛੇ ਜਿਸ ਗਿਆਨ ਤੇ ਅਸੀਂ ਲੱਖਾਂ ਰੁਪਏ ਖਰਚਦੇ ਹਾਂ ਜਿਸ ਗਿਆਨ ਨਾਲ ਜਿਸ ਸਮਾਜ ਵਿੱਚ ਅਸੀਂ ਅੱਜ ਟ੍ਰਿਲੀਅਨ ਡਾਲਰਸ ਤੋਂ ਅੱਗੇ ਜਾ ਕੇ ਪੂਰੇ ਵਰਲਡ ਦਾ ਬਜਟ ਵਰਲਡ ਰੈਂਕ ਤੋਂ ਉਹ ਲੰਬੇ ਚੌੜੇ ਸਿਲਸਿਲੇ ਰੱਖਦੇ ਹਾਂ ਆਖਰ ਕੇ ਸਭ ਕੁਝ ਦੇ ਨਾਲ ਅਗਰ ਵਰਤਮਾਨ ਵਿੱਚ ਸਭ ਤੋਂ ਠੰਡੇ ਇਲਾਕੇ ਗਿਣੇ ਜਾਣ ਵਾਲੀ ਕੈਨੇਡਾ ਹੀਟ ਸਟ੍ਰੋਮ ਆਇਆ ਨੇ ਸਭ ਤੋਂ ਵਧੀਆ ਧਰਤੀ ਪੰਜਾਬ ਦੀ ਜਿਹਦੇ ਵਿੱਚ ਮਨੁੱਖ ਦਾ ਪੇਟ ਭਰਨ ਲਈ ਅਨਾਜ ਲੈਣ ਦੀ ਸ਼ਕਤੀ ਉਹਦੇ ਉੱਤੇ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਣੇ ਇਹ ਸਭ ਕੁਝ ਦਾ ਅਗਰ ਕੋਈ ਹਿੱਸਾ ਹੈ ਤਾਂ ਜਦੋਂ ਨਜ਼ਰ ਮਾਰਾਂਗੇ ਨਜ਼ਰ ਆਏਗਾ ਕਿ ਅਸੀਂ ਆਪਣੀ ਜ਼ਿੰਦਗੀ ਦੇ ਲਈ ਰਾਜਾ ਬਾਲਕ ਨਗਰੀ ਕਾਚੀ ਦੁਸ਼ਟਾਂ ਨਾਲ ਪਿਆਰੋ ਦੋਈ ਮਾਈ ਦੋਈ ਬਾਬਾ ਬੜੀ ਹੈ ਪੰਡਿਤ ਕਰਮੋ ਵਿਚਾਰ ਆਪਣੇ ਮਨ ਦੇ ਨਾਲ ਇਹ ਵਿਚਾਰ ਇਹ ਗੱਲ ਕਰਨਾ ਇਹ ਸਾਧਨ ਰੱਖਣਾ ਕਿ ਜਿਵੇਂ ਮੈਂ ਤਾਂ ਟੀਚਰ ਹਾਂ ਕਿ ਮੈਨੂੰ ਲੌਜਿਕ ਔਰ ਵਰਨ ਦਾ ਪਤਾ ਹੈ ਕਿ ਮੈਂ ਤੇ ਇੱਕ ਦੀ ਖੇਡ ਹੈ ਜੇ ਫਿਜ਼ਿਕਸ ਪੜ੍ਹਾਉਂਦਾ ਹਾਂ ਤਾਂ ਮੋਸ਼ਨ ਇਲੈਕਟ੍ਰੋਨ ਇਹਨਾਂ ਦੇ ਨਾਲ ਸਾਊਂਡ ਬੋਲ ਸ਼ਬਦ ਇਹਦਾ ਸਾਰਾ ਸਿਲਸਿਲਾ ਕੈਮਿਸਟਰੀ ਹੈ ਰਿਐਕਸ਼ਨ ਹੈ ਸਭ ਕੁਝ ਤਾਂ ਸਾਡੇ ਅੰਦਰ ਚੱਲ ਰਿਹਾ ਹੈ ਕੁਦਰਤ ਦੀ ਸਾਇੰਸ ਸਾਡੇ ਅੰਦਰ ਨਿਯਮਤ ਹੈ ਪਰ ਪਰਮਾਤਮਾ ਨੇ ਕਿਸ ਤਰ੍ਹਾਂ ਨਾਲ ਸੈਟਲ ਅਪ ਕੀਤੀ ਹੈ ਕਿੱਡੀ ਮੁਸੀਬਤ ਕਿਉਂ ਨਾ ਆ ਜਾਏ ਬਾਪੂਆਂ ਦਾ ਜਿਸ ਦਾ ਸਾਹਿਬ ਡਾਂਡਾ ਹੋਏ ਇਸ ਨੂੰ ਮਾਰ ਨਾ ਸਕਿਆ ਹੋਏ ਕਿ ਜਿਹਦਾ ਸਾਹਿਬ ਡਾਂਡਾ ਹੋਵੇ ਉਹਨੂੰ ਕੋਈ ਕੁਛ ਨਹੀਂ ਬਦਲ ਸਕਦਾ ਕਿੰਨੇ ਸਾਂਝੀਆਂ ਥਾਵਾਂ ਤੇ ਕਬਜ਼ੇ ਕਰਨ ਵਾਲੇ ਕਬਜ਼ੇ ਕਰਕੇ ਆਪਣੇ ਪਰਿਵਾਰ ਉਜਾੜ ਕੇ ਚਲੇ ਗਏ ਫਿਰ ਧਰਤੀ ਨਾ ਲੈ ਗਏ ਉਹਦੇ ਇੱਥੋਂ ਦੀ ਇੱਥੇ ਪਈ ਹੈ ਸਾਂਝੀਦਾਰੀ ਦੇ ਜਿਹੜੇ ਕੰਮ ਨੇ ਕਿ ਉਹ ਰੁਕ ਗਏ ਉਹਦੇ ਜਾ ਰਹੇ ਨੇ ਇਹ ਗੱਲ ਵੱਖਰੀ ਹੈ ਕਿ ਉਹ ਸਾਂਝੀਦਾਰੀ ਦੇ ਕੰਮਾਂ ਦੇ ਵਿੱਚੋਂ ਜੋ ਸਾਨੂੰ ਅੱਜ ਸਕੂਨ ਮਿਲਣਾ ਚਾਹੀਦਾ ਹੈ ਬੱਚਾ ਜਾਂ ਜਦੋਂ ਅਸੀਂ ਆਪਣੇ ਪਿੰਡ ਦੀਆਂ ਜੋਹਾਂ 'ਚ ਆਉਂਦੇ ਹਾਂ ਜਿਸ ਸਕੂਲ 'ਚ ਪੜ੍ਹੇ ਹਾਂ ਉੱਥੇ ਕਦੇ ਮੱਥਾ ਟੇਕਣ ਗਏ ਹਾਂ ਉਹਨੂੰ ਕਦੇ ਆਪਣੇ ਦਿਲ ਦੇ ਵਿੱਚੋਂ ਨਿਹਾਰਿਆ ਹੈ ਜਿਹਨਾਂ ਦਰਖਤਾਂ ਦੀ ਹਵਾਵਾਂ ਨਾਲ ਅਸੀਂ ਪਲੇ ਹਾਂ ਕਦੇ ਉਹਨਾਂ ਨੂੰ ਆਪਣੇ ਦਿਲ 'ਚ ਸੰਘਾਰਿਆ ਹੈ ਅੱਜ ਜਿਹਨਾਂ ਪਾਣੀ ਦੇ ਨਾਲ ਅਸੀਂ ਪਲੇ ਹਾਂ ਆਪਣੀ ਐਕਸਪੀਰੇਸ਼ਨ ਬਾਰੇ ਕਦੇ ਆਪਣੇ ਆਪ ਵਿੱਚ ਸਮਝਿਆ ਹੈ ਕਿਉਂਕਿ ਜੇ ਮੈਂ ਫਿਜ਼ਿਕਸ ਪੜ੍ਹਾਉਣੀ ਹੈ ਤਾਂ ਮੈਨੂੰ ਫਿਜ਼ਿਕਸ ਦਾ ਸਿਲੇਬਸ ਰਿਪੀਟ ਕਰਨਾ ਹੀ ਪਵੇਗਾ ਸਾਰੀ ਜ਼ਿੰਦਗੀ ਰਿਪੀਟ ਕਰਨਾ ਪੈਂਦਾ ਹੈ ਜਿੱਥੇ ਤੱਕ ਮੇਰਾ ਦਿਮਾਗ ਗਿਆ ਅਗਲਾ ਜਿਹੜਾ ਜੂਨੀਅਰ ਸਟੂਡੈਂਟ ਆਇਆ ਮੈਨੂੰ ਗਾਈਡ ਬਣਾ ਕੇ ਇੱਕ ਨਵੀਂ ਸੱਚ ਦੇ ਕੇ ਗਿਆ ਤਾਂ ਮੇਰੇ ਨਾਲ ਅੱਗੇ ਆ ਗਿਆ ਫਿਰ ਮੈਂ ਵੱਡਾ ਕਿ ਉਹ ਵੱਡਾ ਤਾਂ ਇਹ ਵੱਡੇ ਦਾ ਜਦੋਂ ਸਮਝ ਆਏਗੀ ਫਿਰ ਵੱਡੇ ਕੀਆਂ ਵਡਿਆਰੀਆਂ ਕਿਸੇ ਕਹਿਣਾ ਕਹਿਣ ਲੰਗਾ ਇਹ ਮੇਰਾ ਰੱਬ ਵੱਡਾ ਜਿਹਨੇ ਮੈਨੂੰ ਕਿਸੇ ਦਾ ਪੁੱਤਰ ਬਣਾ ਕੇ ਇਹ ਆਨ ਮਾਨ ਸ਼ਾਨ ਦਿੱਤੀ ਪੜ੍ਹਨ ਦਾ ਸਮਾਂ ਦਿੱਤਾ ਗਿਆਨ ਦਿੱਤਾ ਨਿਧਾਨ ਦਿੱਤਾ ਧਿਆਨ ਦਿੱਤਾ ਵਿਸ਼ਵਾਸ ਦਿੱਤਾ ਮੈਂ ਮੂਰਖਤਾ ਦੀਆਂ ਮੂਰਖਤਾਵਾਂ ਦੇ ਨਾਲ ਜੂਝਦਾ ਰਿਹਾ ਪਰ ਉਹਨਾਂ ਤੇ ਰੰਜਿਸ਼ ਨਹੀਂ ਕੱਢੀ ਮੈਂ ਅਧਿਆਪਕ ਹਾਂ ਮੈਂ ਸਿਕਸ਼ਕ ਹਾਂ ਗੁੱਸਾ ਕਰਨਾ ਕ੍ਰੋਧ ਕਰਨਾ ਲੋਭ ਅਹੰਕਾਰ ਵਿੱਚ ਫਸਣਾ ਇਹ ਮੇਰਾ ਕਰਤੱਵ ਨਹੀਂ ਹੈ ਕਿਉਂਕਿ ਦੁਨੀਆਂ ਦੇ ਉੱਪਰ ਸਤਿਗੁਰੂ ਇੱਕੋ ਇੱਕ ਦਾਤਾ ਹੈ ਜਿਹੜਾ ਬੇਵਕੂਫਾਂ ਨੂੰ ਵੀ ਪਾਲਦਾ ਹੈ ਜਲਾਹਣ ਲੋਕਾਂ ਨੂੰ ਵੀ ਪਾਲਦਾ ਅਕਿਰਤਕਣਾਂ ਨੂੰ ਵੀ ਪਾਲਦਾ ਹੈ ਇਸ ਲਈ ਬਾਪੂ ਆਉਂਦਾ ਅਕਿਰਤ ਕਰਨਾ ਕੋ ਪਾਲਦਾ ਪ੍ਰਭ ਨਾਨਕ ਸੰਤ ਲੁਖ ਸਿੰਧ ਤਾਂ ਇਹ ਜਿਹੜੀ ਜੀਵਨ ਦੇ ਅੰਦਰ ਕਲਾ ਹੈ ਸ਼ਕਤੀ ਹੈ ਇਹ ਸ਼ਬਦ ਦੀ ਸ਼ਕਤੀ ਹੈ ਇਹ ਪਰਉਪਕਾਰ ਮੇਰੇ ਮਾਂ ਬਾਪ ਤੋਂ ਲੈ ਕੇ ਮੇਰੇ ਵੱਡਿਆਂ ਦਾ ਹੈ ਮੈਨੂੰ ਜਨਮ ਦੇ ਕੇ ਮੇਰੇ ਵੱਡਿਆਂ ਨੂੰ ਇੱਜ਼ਤਦਾਰ ਬਣਾਇਆ ਮੇਰੇ ਅੱਧੇ ਛੋਟੇ ਆਗੇ ਉਹਨਾਂ ਨੇ ਮੈਨੂੰ ਇੱਜ਼ਤਦਾਰ ਬਣਾਉਣਾ ਹੈ
ਮੈਂ ਲਾਉਂ ਉਹਦੇ ਥੱਪੜ ਤੇ ਫਿਰ ਖੁਦ ਦੇ ਜਦੋਂ ਥੱਪੜ ਵੱਜਦੇ ਨੇ ਫਿਰ ਕਹਿੰਦਾ ਏ ਫਿਰ ਹਾਲਾਤ ਬਣਦਿਆਂ ਪੜ੍ਹਾਈ ਕਿੰਨੀ ਬੁਰੀ ਬਣ ਗਈ ਹੈ ਕਿੰਨਿਆਂ ਕੁ ਨੂੰ ਚੰਗੀ ਲੱਗਦੀ ਹੈ ਆਇਲਸ ਨੇ ਤੇ ਇਹੋ ਜਿਹਾ ਜੀਵਨ ਨੂੰ ਉੱਲੀ ਲਾ ਕੇ ਰੱਖ ਦਿੱਤੀ ਹੈ ਕਿ ਪੜ੍ਹਾਈ ਨਾਂ ਦੀ ਚੀਜ਼ ਹੀ ਸਾਨੂੰ ਮੁਸੀਬਤ ਲੱਗਣ ਲੱਗ ਪਈ ਹੈ ਤਾਂ ਜੀਵਨ ਅੰਦਰ ਕੰਮ ਤਜ਼ਰਬਾ ਪ੍ਰੈਕਟਿਸ ਇਹ ਸਭ ਕੁਝ ਇਉਂ ਲੱਗਣ ਲੱਗ ਪਿਆ ਹੈ ਜਿਵੇਂ ਕਿਧਰੇ ਉਲਾਂਭੇ ਹੁੰਦੇ ਹਨ ਅਤੇ ਇਹਨਾਂ ਉਲਾਂਭਿਆਂ ਦੇ ਵਿੱਚੋਂ ਅਗਰ ਵਾਪਸ ਫਿਰ ਕਿਸੇ ਪਾਸੇ ਲੈ ਕੇ ਜਾਣ ਲਈ ਕੋਈ ਸਾਧਨ ਬਣ ਸਕਦਾ ਹੈ ਉਸ ਸਾਧਨ ਨੂੰ ਜੇ ਕਰਕੇ ਕੁਝ ਕਿਹਾ ਜਾਂਦਾ ਹੈ ਤਾਂ ਉਹ ਸਾਧ ਸੰਗਤ ਆਖਿਆ ਜਾਂਦਾ ਹੈ ਤਾਂ ਜਿਹੜੀ ਸਾਧ ਸੰਗਤ ਹੈ ਇਸ ਦੇ ਲਈ ਹੀ ਅਸੀਂ ਗੁਰੂ ਸਾਹਿਬ ਜੀ ਦੇ ਪਾਵਨ ਚਰਨਾਂ ਦੀ ਟੇਕ ਲੈਂਦੇ ਹਾਂ ਨਿੱਤ ਰੂਪ ਵਿੱਚ ਨਿਤਨੇਮ ਕਰਦੇ ਹਾਂ ਨਿਮਿਤ ਰੂਪ ਦੇ ਵਿੱਚ ਸ੍ਰੀ ਸਹਿਜ ਪਾਠ ਸ੍ਰੀ ਅਖੰਡ ਪਾਠ ਸਾਹਿਬ ਹੁਣ ਤਾਂ ਸੁੱਖ ਨਾਲ ਵੀ ਅਸੀਂ ਇਹ ਬਣਾ ਲਿਆ ਵੀ ਕੋਈ ਨਹੀਂ ਭਾਈ ਜੀ ਕਰ ਦੇਣਗੇ ਖੁਦ ਲਾਇਬ੍ਰੇਰੀਆਂ ਇਸ ਤੋਂ ਟੁੱਟ ਗਏ ਹਾਂ ਸਿਲੇਬਸ ਤੱਕ ਵੀ ਓਨਾ ਕੁ ਹੁੰਦਾ ਜਿੰਨਾ ਕੁ ਉਲਝਣ ਦੀ ਜ਼ਰੂਰਤ ਰਾਹੀਂ ਮੁਸੀਬਤ ਬਣੀ ਹੁੰਦੀ ਹੈ ਕਦੇ ਇਹ ਲੱਗਦਾ ਹੀ ਨਹੀਂ ਕਿ ਜੀਵਨ 'ਚ ਪੜ੍ਹਾਈ ਦਾ ਮਤਲਬ ਕੁਛ ਆਮਦੀਦ ਹੁੰਦਾ ਹੈ ਜ਼ਿੰਦਗੀ ਦੇ ਅੰਦਰ ਚੰਗਿਆਈ ਦਾ ਮਤਲਬ ਇੱਕ ਦੂਜੇ ਦੇ ਨਾਲ ਮੁਹੱਬਤ ਕਰਨਾ ਹੁੰਦਾ ਹੈ ਜ਼ਿੰਦਗੀ ਦੇ ਅੰਦਰ ਗਿਆਨ ਦਾ ਮਕਸਦ ਅਗਿਆਨ ਨੂੰ ਕਾਬੂ ਕਰਨਾ ਹੁੰਦਾ ਹੈ ਕਿ ਬੇਵਕੂਫ ਬੰਦੇ ਨੂੰ ਅਕਲ ਨਹੀਂ ਦੇਣੀ ਉਹਨੂੰ ਸਮਝ ਕਿਵੇਂ ਪੈਦਾ ਹੋ ਜਾਏ ਕਿ ਇਹ ਮੇਰੇ 'ਚ ਘਾਟ ਹੈ ਤਾਂ ਅਗਰ ਫਿਰ ਅਮੀਰੀ ਦਾ ਮਤਲਬ ਪੈਸੇ ਦੀ ਬਹੁਤ ਨਹੀਂ ਅਮੀਰੀ ਦਾ ਮਤਲਬ ਹਰ ਇੱਕ ਦੇ ਰਜਿਸਟਰੀ ਨੂੰ ਸਮਝ ਕਰਨਾ ਫਿਰ ਗਰੀਬੀ ਦਾ ਮਤਲਬ ਜਹਾਲਤ ਨਹੀਂ ਗਰੀਬੀ ਦਾ ਮਤਲਬ ਹਰ ਸਮੂਹ ਦੇ ਅੰਦਰ ਫਰੈਕਸ਼ਨ ਘੱਟ ਕਰਨਾ ਹੁੰਦਾ ਕਿਉਂਕਿ ਫਰੈਕਸ਼ਨ ਨਾ ਹੋਵੇ ਮੋਸ਼ਨ ਹੁੰਦਾ ਹੀ ਨਹੀਂ ਮੋਸ਼ਨ ਕਿਉਂਕਿ ਉਹਨੂੰ ਹਰ ਖਤਰੇ ਨੂੰ ਪਹਿਲੇ ਪੜ੍ਹਿਆ ਹੁੰਦਾ ਕਿ ਮੇਰੇ ਆਉਣ ਵਾਲੇ ਖਤਰੇ ਦੇ ਵਿੱਚੋਂ ਮੈਂ ਇਸ ਤਰ੍ਹਾਂ ਨਾਲ ਨਿਕਲ ਸਕਦਾ ਹਾਂ ਤਾਂ ਦੁਨੀਆਂ ਦੇ ਅੰਦਰ ਜਿੰਨੀ ਸ਼ਬਦ ਨੇ ਤਰੱਕੀ ਕੀਤੀ ਹੈ ਇਹ ਪਿਆਰ ਨਾਲ ਕੀਤੀ ਹੈ ਅੱਜ ਦਾ ਪੜ੍ਹਾਈ ਨਾਲ ਪਿਆਰ ਪੈ ਜਾਂਦਾ ਹੈ ਉਹ ਆਪਣੇ ਸਿਲੇਬਸ ਦੇ ਨਾਲ ਆਈ ਗੱਲ ਬੇਤਹਾਸ ਬੁੱਕਾਂ ਪੜ੍ਹ ਲੈਂਦਾ ਹੈ ਉਹ ਬੁੱਢਿਆਂ ਹੋਣ ਤੱਕ ਵੀ ਪੜ੍ਹਦਾ ਰਹਿੰਦਾ ਹੈ ਪੜ੍ਹਦਿਆਂ ਹੋਇਆਂ ਉਹ ਤਜਰਬੇ ਕਰਦਾ ਰਹਿੰਦਾ ਹੈ ਉਹ ਆਪਣੇ ਆਪ ਅੰਦਰ ਆਪਣੀ ਵਾਸਤਵਿਕਤਾ ਨੂੰ ਵੇਖਦਾ ਰਹਿੰਦਾ ਹੈ ਉਹ ਜਾਣਦਾ ਹੈ ਕਿ ਮਨ ਜਿਹੜਾ ਹੈ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮਨ ਸਵਾਏ ਤਾਂ ਉਹ ਮਨ ਦੇ ਅੰਦਰ ਸਮਾਇਆ ਹੋਇਆ ਇਹੋ ਮਨ ਕਰਮ ਹੈ ਸਿਸ਼ਟਤਾ ਹੈ ਗੁਰੂ ਸਾਹਿਬ ਆਖਦੇ ਨੇ ਹਰ ਕੀਰਤ ਇਹ ਰੱਬ ਦੀ ਵਡਿਆਈ ਹੈ ਇਸੇ ਵਿੱਚੋਂ ਫਿਰ ਉਹ ਵਾਹਿਗੁਰੂ ਵਾਹਿਗੁਰੂ ਕਰਦਿਆਂ ਹੋਇਆ ਉਹਦਾ ਸ਼ੁਕਰ ਕਰਦਾ ਹੈ ਹਰ ਭਵ ਧਰਤੀ ਸੰਸਾਰ ਸਮੁੰਦਰ ਤੇ ਤਾਰਨ ਵਾਸਤੇ ਇਹ ਤੀਰਥ ਹੈ ਇਸੇ ਲਈ ਕਿਹਾ ਜਾਂਦਾ ਸਕੂਲ ਉਹ ਮੰਦਰ ਹੈ ਜਿੱਥੇ ਹਰ ਜੀਵਨ ਦੀ ਪੂਜਾ ਅਰਚਾ ਸਿੱਖੀ ਅਤੇ ਸਿਖਾਈ ਜਾਂਦੀ ਹੈ ਸਕੂਲ ਉਹ ਬੈਂਕ ਹੈ ਜਿੱਥੇ ਇਨਵੈਸਟ ਕੀਤਾ ਪੈਸਾ ਪਤਾ ਹੀ ਨਹੀਂ ਕਿੰਨੇ ਵਿਆਜ ਦੇ ਨਾਲ ਕਿੱਥੋਂ ਕਿੱਥੇ ਚੁੱਕ ਕੇ ਲੈ ਜਾਏਗਾ ਅਗਰ ਇੱਕ ਯੋਗ ਵਿਦਿਆਰਥੀ ਇੱਕ ਮੰਜ਼ਿਲ ਤੈਅ ਕਰਦਿਆਂ ਹੋਇਆ ਨਰਿੰਦਰ ਸਿੰਘ ਕਪਾਨੀ ਤਾਂ ਗੁਰੂ ਸਾਹਿਬ ਜੀ ਵਚਨ ਕਰਦੇ ਨੇ ਦੁਨੀਆਂ 'ਤੇ ਜੇ ਕੁਛ ਚੰਗਾ ਹੈ ਪਵਿੱਤਰ ਹੈ ਤਾਂ ਉਹ ਨਿਰਮਲ 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 ਤੇਰੀ ਬਾਣੀ ਇਹ ਵਾਹਿਗੁਰੂ ਸਭ ਤੋਂ ਉੱਜਲ ਮਨ ਵਾਣੀ ਸਰੀਰ ਨੂੰ ਕਰ ਦੇਣ ਵਾਲੀ ਤੇਰੀ ਬਾਣੀ ਹੈ ਔਰ ਇਹ ਪਵਿੱਤਰ ਬਾਣੀ ਸਾਡੀ ਬੋਲ ਬਾਣੀ ਨੂੰ ਸੁਵਿਧਾ ਜਨਕ ਬਣਾ ਦਿੰਦੀ ਹੈ ਹੁਣ ਗੌਰ ਕਰਕੇ ਵੇਖਣਾ ਅਧਿਆਪਕ ਹੁੰਦੇ ਹਾਂ ਅਸੀਂ ਬੱਚਿਆਂ ਨੂੰ ਬਾਣੀ ਪੜ੍ਹਨ ਨਾਲ ਚੰਗਾ ਬੋਲਣ ਨਾਲ ਕਿੰਨਾ ਸਿਖਾ ਕੇ ਤਰੱਕੀ ਦਵਾਈ ਹੈ ਔਰ ਸਾਡੇ ਬੱਚੇ ਬਾਣੀ ਨਾਲ ਕਿੰਨਾ ਜੁੜੇ ਹੋਏ ਹਨ ਅੱਜ ਰਿਟਾਇਰਡ ਹੋਣ ਤੋਂ ਬਾਅਦ ਅਸੀਂ ਇਸ ਜ਼ਿੰਮੇਵਾਰੀ ਨੂੰ ਕਿਸ ਤਰ੍ਹਾਂ ਨਾਲ ਜਾਗਰੂਕ ਹਾਂ ਕਿਉਂਕਿ ਗੁਰੂ ਸਾਡੇ ਨਾਲ ਸਾਂਝ ਪਾਉਣ ਵਾਲਾ ਹੈ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ ਵਿਦਿਆਰਥੀ ਅਤੇ ਅਧਿਆਪਕ ਦੀ ਸਾਂਝ ਉਸ ਥਾਂ ਦਾ ਨਾਂ ਸਕੂਲ ਬਣ ਜਾਂਦਾ ਬੱਚੇ ਅਤੇ ਮਾਂ ਪਿਓ ਦੀ ਸਾਂਝ ਘਰ ਬਣ ਜਾਂਦੀ ਹੈ ਜਿੱਥੇ ਘਰ ਸਕੂਲ ਸਕੂਲ ਘਰ ਹੋ ਗਿਆ ਹੈ ਉੱਥੇ ਉਸ ਪਰਮਾਤਮਾ ਦਾ ਵਾਸਾ ਬਣ ਜਾਂਦਾ ਹੈ ਕਿਉਂਕਿ ਉਹ ਇੱਕ ਓਮਕਾਰ ਹੈ ਉਹ ਸਤ ਲਾਈਵ ਹੋ ਜਾਂਦੇ ਹਨ ਅਗਰ ਗੌਰ ਕਰਨੀ ਹੋਏਗੀ ਤੇ ਸਮਝ ਆਏਗੀ ਹਰ ਦਿਨ ਕਿਉਂਕਿ ਉਹ ਤਾਂ ਬਾਤ ਹੈ ਸੰਤੋ
हे रब दे प्यार करन वालो हे विद्या नूं अपनी जिंदगी दा औजार समझण वालो शरीर नूं अपनी जिंदगी दा इंस्ट्रूमेंट समझण वालो जिहड़े रब दे नाल जिन्ना जिन्ना जुड़ जांदे ने हर कथा जिन जन हो गया उन्हां दी पढ़ाई थाएं पै जांदी है अगर ना थाएं पई फिर पढ़ पढ़ करदी लगदी है पढ़ पढ़ पढ़िया साथ हो जांदा ਤੇ ਜੇ ਥਾਏ ਪੈ ਜਾਏ ਜੋ ਪ੍ਰਾਣੀ ਗੋਬਿੰਦ ਤੇ ਆਵੇ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੇ ਤਾਂ ਇੱਥੇ ਅਨਪੜ੍ਹਤਾ ਦਾ ਮਤਲਬ ਐਸਾ ਨਹੀਂ ਕਿ ਤਜਰਬੇਕਾਰ ਨਹੀਂ ਤਾਂ ਫਿਰ ਵੰਸਕ ਵਾਂਗਰੂ ਵਾਂਗ ਉਹ ਇੱਕ ਤਜਰਬੇ ਦਿੰਦਾ ਹੈ ਹੌਲੀ ਹੌਲੀ ਤਜਰਬੇ ਜਦੋਂ ਸਾਹਮਣੇ ਆਉਂਦੇ ਨੇ ਥਰੀ ਈਡੀਅਟ ਬਣਾ ਕੇ ਪੇਸ਼ ਕੀਤਾ ਜਾਂਦਾ ਈਡੀਅਟ ਦੇ ਅਰਥ ਖੁਦ ਨੂੰ ਪਤਾ ਹੋਵੇਗਾ ਕੀ ਹੁੰਦੇ ਪਰ ਉਹ ਇੱਕ ਸੁਵਿਧਾ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਜਦੋਂ ਸਾਹਮਣੇ ਲੈ ਕੇ ਆਵਾਂਗੇ ਫਿਰ ਸਾਨੂੰ ਸਮਝ ਆਏਗੀ ਕਿ ਅੱਜ ਸਾਨੂੰ ਕੀ ਹੋ ਗਿਆ ਅੱਜ ਅਸੀਂ ਪੋਲਿਊਸ਼ਨ ਵਿੱਚ ਨਿਹੱਥੇ ਕਿਵੇਂ ਹੋਏ ਫਿਰਦੇ ਹਾਂ ਉਹਦੇ ਲਈ ਅਸੀਂ ਜਾਗਰੂਕਤਾ ਪੇਸ਼ ਕਰਨ ਦੇ ਲਈ ਸਾਧਨ ਬਹਾਲ ਕਰਨ ਲਈ ਜਿਸ ਦੀ ਗਲਤੀ ਹੈ ਉਹਨੂੰ ਅਹਿਸਾਸ ਕਰਵਾਉਣ ਤੋਂ ਕਿੰਨੇ ਅਸਮਰੱਥ ਹੋ ਰਹੇ ਹਾਂ ਬਸ ਇਹੀ ਰੱਬ ਦੀ ਉੱਤਮ ਗੱਲ ਹੈ ਉਹ ਅਹਿਸਾਸ ਕਰਵਾ ਦਿੰਦਾ ਇਸੇ ਕਰਕੇ ਆਖਿਆ ਦੁੱਖ ਲਾ ਕੇ ਤਾਂ ਆਰਾਮ ਪੁਕਾਰਾ ਹੈ ਉਹ ਦੁੱਖ ਬਣਾਇਆ ਹੀ ਰੱਬ ਨੇ ਇਸ ਲਈ ਕਿ ਸਾਨੂੰ ਫੀਲਿੰਗ ਹੁੰਦੀ ਰਹੇ ਫਿਰ ਕਹਿੰਦੇ ਨੇ ਦੁੱਖ ਬੰਦੇ ਨੂੰ ਹੀਲ ਕਰ ਦਿੰਦਾ ਹੈ ਤਾਂ ਹੀਲਿੰਗ ਜਿਹੜੀ ਹੈ ਇਹ ਜ਼ਿੰਦਗੀ ਦੇ ਅੰਦਰ ਇੰਟਰਪਨਿਓਰਮੈਂਟ ਪੈਦਾ ਕਰਦੀ ਹੈ ਤਾਂ ਜਿਹਨਾਂ ਕੋਲ ਇਹ ਇੰਟਰਪਨਿਓਰਿੰਗ ਆ ਜਾਂਦੀ ਹੈ ਉਹ ਦੂਸਰਿਆਂ ਲਈ ਰਾਹ ਦਸੇਰੇ ਬਣ ਜਾਂਦੇ ਨੇ ਇੰਸਪਾਇਰ ਕਰ ਦਿੰਦੇ ਨੇ ਬੂਸਟ ਕਰ ਦਿੰਦੇ ਨੇ ਤਾਂ ਇਹੀ ਜ਼ਿੰਦਗੀ ਦਾ ਸਿਲਸਿਲਾ ਫਿਰ ਜ਼ਿੰਦਗੀ ਨੂੰ ਅਨੈਲਿਸਿਸ ਕਰਵਾਉਂਦਾ ਕਿਆ ਤੈਂ ਖੱਟਿਆ ਕਹਾਂ ਗਵਾਇਆ ਚਲੋ ਸਿਤਾਬ ਦੀਵਾਨ ਬੁਲਾਇਆ ਹਰ ਫੁਰਮਾਨ ਦਰਗਹਿ ਕਾ ਆਇਆ ਕਿ ਜਨਮ ਲੈ ਕੇ ਦੁਨੀਆਂ 'ਤੇ ਆਏ ਹਾਂ ਮਰ ਕੇ ਚਲੇ ਜਾਣਾ ਜਨਮ ਲੈ ਕੇ ਆਏ ਹਾਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਜੀਵਨ ਸੰਪੂਰਨ ਹੋਏਗਾ ਨਹੀਂ ਤਾਂ ਫਿਰ ਇਹ ਜਿਹੜਾ ਸੰਸਾਰ ਹੈ ਮੁਸੀਬਤਾਂ ਦਾ ਥਾਂ ਬਣ ਜਾਏਗਾ ਤਾਂ ਦੋਨਾਂ ਦੇ ਹਾਲਾਤਾਂ 'ਚ ਅਨੈਲਿਸਿਸ ਸਿਖਾਉਣ ਲਈ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਸੇਵਕ ਸਿੱਖ ਪੂਜਨ ਸਭ ਆਵੈ ਸਾਰੇ ਸਕੂਲ ਵਿੱਚ ਆਉਂਦੇ ਨੇ ਇਸੇ ਤਰ੍ਹਾਂ ਗੁਰੂ ਸਾਹਿਬ ਦੇ ਕੋਲ ਸੇਵਕ ਬਣ ਕੇ ਸਿੱਖ ਬਣ ਕੇ ਸਭ ਪੂਜਾ ਕਰਨ ਲਈ ਆਉਂਦੇ ਨੇ ਸਭ ਗਾਵੈ ਹਰ ਹਰ ਉੱਤਮ ਬਾਣੀ ਇੱਕ ਨਲਾਇਕ ਜਿਹੜੇ ਨੇ ਉਹ ਵੀ ਸਕੂਲ ਵਿੱਚ ਹੀ ਆ ਕੇ ਬਹਿੰਦੇ ਨੇ ਇੱਕ ਲਾਇਕ ਜਿਹੜੇ ਨੇ ਉਹ ਵੀ ਉਹਦਾ ਖਿਆਲ ਹੁੰਦਾ ਮੈਂ ਹਰ ਇੱਕ ਨੂੰ ਚੰਗਾ ਬਣਾਵਾਂ ਤਾਂ ਉਹ ਹਰ ਇੱਕ ਨੂੰ ਚੰਗਾ ਬਣਾ ਸਕਦਾ ਜੇ ਖਿਆਲ ਨਾ ਹੋਵੇ ਮਾਹੌਲ ਨਾ ਮਿਲੇ ਜਿਵੇਂ ਨੀਤੀਵਾਨਾਂ ਨੇ ਤਿੰਨ ਹਿੱਸਿਆਂ ਦੇ ਵਿੱਚ ਲੱਕ ਸਰਕਮਸਟਾਂਸਸ ਅਤੇ ਸੁਸਾਇਟੀ ਤਿੰਨਾਂ ਦਾ ਆਪਸੀ ਜੋੜ ਮੇਲ ਨਾ ਹੋਵੇ ਏਕਾ ਮਾਈ ਜੁਗਤ ਵਿਆਹੀ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ ਤਾਂ ਇਹ ਗਿਆਨ ਕਦੇ ਵੇਲ ਕਰਦਾ ਹੀ ਨਹੀਂ ਗਿਆਨ ਕਦੇ ਦੁਬਾਰਾ ਫੁੱਲਦਾ ਹੀ ਨਹੀਂ ਪਰ ਜਿਵੇਂ ਜਿਵੇਂ ਮੌਕਾ ਵੇਲ ਮਿਲਦੇ ਨੇ ਕਿਸਮਤ ਜਾਗਦੀ ਹੈ ਹਰ ਚੰਗੀ ਸੁਸਾਇਟੀ ਚੰਗੇ ਲੋਕਾਂ ਦੀ ਸੰਗਤ ਮਿਲਦੀ ਹੈ ਉਸੇ ਉਸੇ ਤਰ੍ਹਾਂ ਨਾਲ ਮਨੁੱਖ ਦੇ ਜੀਵਨ ਅੰਦਰ ਤਬਦੀਲੀ ਆਉਂਦੀ ਹੈ ਚੰਗਾ ਇਨਕਲਾਬ ਆਉਂਦਾ ਅਤੇ ਬੁਰਿਆਂ ਦੇ ਰਾਹੀਂ ਹਾਲਾਤ ਕੋਵਿਡ ਵਾਲੇ ਹਾਲਾਤ ਬਣ ਜਾਂਦੇ ਨੇ ਸਾਰੇ ਹੀ ਆਪਣੇ ਆਪ ਨੂੰ ਚੰਗਾ ਕਰਨ ਦਾ ਯਤਨ ਕਰਦੇ ਹਨ ਹਰ ਕੋਈ ਜਿਹੜਾ ਹਰ ਇੱਕ ਨੂੰ ਹਰਿਆ ਭਰਿਆ ਕਰਨ ਵਾਲੇ ਹਰੀ ਵਾਹਿਗੁਰੂ ਦੀ ਉੱਤਮ ਬਾਣੀ ਜਿਹੜੀ ਹੈ ਉਸੇ ਨੂੰ ਹੀ ਗਾਇਨ ਕਰਦੇ ਗਾਵਿਆ ਸੁਣਿਆ ਤਿਲਕਾ ਹਰ ਥਾਂ ਪਾਵੇ ਉਹ ਹਰੀ ਵਾਹਿਗੁਰੂ ਉਹਨਾਂ ਦਾ ਗਾਇਨ ਕੀਤਾ ਉਹਨਾਂ ਦਾ ਸੁਣਿਆ ਹੋਇਆ ਕਿਉਂਕਿ ਗਾਇਨ ਕਰਨਾ ਬੋਲਣਾ ਹੈ ਪ੍ਰੋਵੋਕਿੰਗ ਹੈ ਤਾਂ ਇਹ ਬੋਲਣ ਵਾਲਾ ਅਧਿਆਪਕ ਹੁੰਦਾ ਸੁਣਨ ਵਾਲਾ ਵਿਦਿਆਰਥੀ ਹੁੰਦਾ ਤਾਂ ਜਦੋਂ ਦੋਨਾਂ ਦੇ ਅੰਦਰ ਆਪਸੀ ਸਾਂਝ ਹੋ ਜਾਏ ਤਾਲਮੇਲ ਹੋ ਜਾਏ ਫਿਰ ਦੋਸਤ ਬਣ ਜਾਂਦੇ ਨੇ ਪਰ ਦੋਸਤ ਦਾ ਮਤਲਬ ਭੰਗੜਾ ਪਾਉਣਾ ਨਹੀਂ ਹੁੰਦਾ ਦੋਸਤ ਦਾ ਮਤਲਬ ਇੱਕ ਸ਼ਾਲੀਨਤਾ ਹੁੰਦੀ ਹੈ ਅਗਰ ਇਸੀ ਦੋਸਤੀ ਅਧਿਆਪਕ ਅਤੇ ਸ਼ਿਗਰ ਦੀ ਵੇਖਦੇ ਹਾਂ ਚਾਣਕਿਆ ਅਤੇ ਚੰਦਰ ਗੁਪਤ ਮੌਰਿਆ ਤੁਹਾਡੇ ਸਾਹਮਣੇ ਹੋਵੇਗਾ ਜਾਂ ਐਸੇ ਵਿਦਿਆਰਥੀ ਜਿਹੜੇ ਹਮੇਸ਼ਾ ਆਪਣੇ ਅਧਿਆਪਕ ਦੀ ਰੱਬ ਵਾਂਗ ਪੂਜਾ ਕਰਦੇ ਨੇ ਤਾਂ ਉਹ ਰੱਬ ਵਾਂਗ ਪੂਜਾ ਕਰਨੀ ਜਾਂ ਅਧਿਆਪਕ ਸਿਖਾਏਗਾ ਜਾਂ ਮਾਂ ਬਾਪ ਸਿਖਾਉਣਗੇ
ਬੱਚਾ ਪਿੱਛੋਂ ਲੱਗ ਨਾਲ ਤੇ ਕੁਝ ਲੈ ਕੇ ਆਵੇ ਵੱਖਰੀ ਗੱਲ ਹੈ, ਨਹੀਂ ਤੇ ਸਰਕਮਸਟਾਂਸ ਹੀ ਕ੍ਰੀਏਟ ਕਰਨੇ ਪੈਂਦੇ ਨੇ। ਤਾਂ ਜਿਹੜੇ ਇਹ ਸਰਕਮਸਟਾਂਸ ਜੋੜੇ ਜਾਂਦੇ ਨੇ ਜਿਨ੍ਹਾਂ ਨੂੰ ਗਾਇਨ ਕਰਨ ਤੇ ਸੁਣਨ ਦੀ ਸਮਝ ਪੈਦਾ ਹੋ ਜਾਂਦੀ ਹੈ, ਫਿਰ ਵਾਹਿਗੁਰੂ ਥਾਏ ਪਾਉਂਦਾ ਤਾਂ ਕਾਰਨ ਕੀ ਬਣਦਾ? ਜਦ ਸਤਿਗੁਰ ਦੀ ਆਗਿਆ ਸਤ ਸਤ ਕਰਮਾਂ, ਜਿਨ੍ਹਾਂ ਨੇ ਸਤਿਗੁਰਾਂ ਦੀ ਆਗਿਆ ਦਾ ਸਤ ਸਤ ਤੋਂ ਭਾਵ ਹੈ ਕਿ ਜੋ ਕਿਹਾ ਜਾ ਰਿਹਾ ਸਹੀ ਹੈ। ਦੋ ਨੂੰ ਚਾਰ ਕਿਹਾ ਇਹ ਵਾਕਿਆ ਇਸੇ ਤਰ੍ਹਾਂ ਪੂਰਾ, ਫਿਰ ਉਹਦੇ ਜੀਵਨ ਤਰੱਕੀ ਸੁਨਿਸ਼ਚਿਤ ਹੋ ਜਾਂਦੀ ਹੈ, ਸਫਲਤਾ ਦਾ ਰਾਹ ਖੁੱਲ ਜਾਂਦਾ ਹੈ, ਉਹਨੂੰ ਸਮਝ ਆ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਸੱਚਾ ਪਾਤਸ਼ਾਹ ਕਦੇ ਮੇਰੇ ਮਾਂ ਬਾਪ ਰਾਹੀਂ ਸਿੱਖਿਆ ਦਾ ਦਰਬਾਰ ਸਿੰਘ ਜੀ ਆਖਦੇ ਨੇ ਆਪੇ ਗੁਰ ਜੀਵਨ ਆਪੇ ਉਹ ਆਪ ਹੀ ਗੁਰੂ ਰੂਪ ਹੋ ਕੇ ਅਤੇ ਆਪ ਨੂੰ ਜੀਵਰਾ ਰੂਪ ਹੋ ਗਿਆ। ਦੋਨਾਂ ਦੇ ਵਿੱਚ ਪ੍ਰਭੂ ਪਾਤ ਨਾਲ ਖੇਡਣ ਵਾਲਾ ਬੜਾ ਹੀ ਕਹਿੰਦੇ ਨੇ ਅਸਰ ਹੋ ਗਿਆ। ਜਿਹੜੀ ਯੂਨੀਵਰਸ ਅੰਦਰ ਬਹੁਤ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਤੱਕ ਫੈਲੀ ਹੋਈ ਹੈ, ਤਾਂ ਨਿੱਜੀ ਜੀਵਨ ਦੇ ਅੰਦਰ ਗਹਿਰੇ ਪਾਣੀ ਤਹਿਤ ਆਤਮਾ ਕਰਕੇ ਸੁਭਾਵਾਨ ਹੁੰਦੀ ਹੈ। ਉਹ ਆਤਮਾ ਕਰਕੇ ਬੜੇ ਬਲਵਾਨ ਰਹਿੰਦੇ ਹੋਏ ਤੂੰ ਕਾਹੇ ਬੋਲੇ ਤੁਧ ਰਾਖੇ ਦਸਰ ਦਿਨਾਰ, ਉਹ ਕਦੇ ਵੀ ਜੋੜਦੇ ਨਹੀਂ, ਉਹ ਆਪਣੇ ਵਾਹਿਗੁਰੂ ਦੇ ਪਰਮਾਤਮਾ ਤੋਂ ਵਿਸ਼ਵਾਸ ਰੱਖਦੀ ਹੈ। ਵਰਤਮਾਨ ਨੂੰ ਜਿੰਨਾ ਹੋ ਸਕਦਾ ਚੰਗਾ ਸਮਝ ਕੇ ਪਹੁੰਚ ਬਣਾ ਕੇ ਚੰਗਾ ਵਿੱਚ ਵਿਸ਼ਵਾਸ ਰੱਖਦੀ ਹੈ, ਤਾਂ ਚੰਗੇ ਭਵਿੱਖ ਨੂੰ ਉਹ ਚੰਗਾ ਰਾਹ ਸੇਵੇ ਹੋ ਜਾਂਦੇ ਹਨ। ਗੁਰੂ ਕਿਰਪਾ ਕਰੇ ਸਿੱਖੀ ਸਾਨੂੰ ਪਾਵੇ, ਗੁਰੂ ਚਰਨਾਂ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ, ਆਪਣੇ ਪੰਜਾਬ ਦੀ ਮਿੱਟੀ ਨਾਲ ਪਿਆਰ ਕਰਨਾ ਸਿੱਖੀਏ। ਜਦੋਂ ਬੱਚੇ ਆਪਣੇ ਕੰਮ ਕਰਨ ਲਈ ਯੋਗ ਹੋ ਗਏ ਨੇ, ਫਿਰ ਆਪਣਾ ਪੈਸਾ ਸਮਾਜ ਲਈ ਸੁਸਾਇਟੀ ਲਈ ਇਨਵੈਸਟ ਕਰਨਾ ਸਿੱਖੀਏ। ਜਿੰਨਾ ਜਿੰਨਾ ਸਮਝ ਆਏਗੀ ਓਨਾ ਓਨਾ ਆਪਣੇ ਆਪ 'ਤੇ ਆਪਣੇ ਬਜ਼ੁਰਗਾਂ 'ਤੇ ਮਾਣ ਹੋਏਗਾ। ਪਵਨ ਗੁਰੂ ਪਾਣੀ ਪਿਤਾ ਮਾਤਾ ਤਪਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ। ਤਾਂ ਜ਼ਿੰਦਗੀ ਐਕਸਪੈਨ ਹੈ, ਆਸੀਲੇਸ਼ਨ ਦਾ ਪਾਰਟ ਹੈ। ਬਸ ਸਾ ਸਾ ਸਿਮਰੋ ਗੋਬਿੰਦ ਮਾਹੇ ਆਪੇ ਆਪੇ ਹਰ ਪ੍ਰਭ ਜੋਜ ਵੜਾਨੀ ਜਨ ਨਾਨਕ ਆਪ ਮਲਾਏ ਸੋਈ ਹਰ ਮਿਲਸੀ ਔਰ ਸਭ ਤਿਆਗ ਓਹਾ ਹਰ ਭਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ 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 ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੇਵਕ ਪਰਿਵਾਰ ਵੱਲੋਂ ਆਈਆਂ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਦਾ ਪ੍ਰਸ਼ਾਦ ਵਰਤ ਰਿਹਾ ਹੈ।
ਉਪਰੰਤ ਗੁਰੂ ਕਾ ਲੰਗਰ ਤਿਆਰ ਹੈ ਸਾਰੇ ਸੰਤ ਨੇ ਸ਼ਕੇ ਦਾ ਜੀ ਕਾ ਪਾਲਣਾ ਕਰਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰਸ਼ਾਦ ਮੰਗਾਓ ਛੋਰਾ ਪ੍ਰਸ਼ਾਦ ਲਿਆ ਕਾਕਾ ਕਾਕਾ ਪ੍ਰਸ਼ਾਦ ਰੱਖ ਚੱਲ ਭੁੱਲ ਗਿਆ ਆਹ ਮੁੰਡਾ ਕਿਹੜਾ ਇੱਥੇ ਤੂੰ ਰੱਖ ਲਿਆ ਚਾਹ ਪ੍ਰਸ਼ਾਦ ਚੱਕ ਕੇ ਰੱਖ ਲਿਆ ਚੱਕ ਲੈਣ ਕਿਉਂ ਰਿਹਾ ਭੱਜ ਕੇ ਮੇਰਾ ਬਾਈ ਥੱਲੇ ਪਏ ਪ੍ਰਸ਼ਾਦ ਹੈਗੇ ਆ ਪ੍ਰਸ਼ਾਦੇ ਜਾ ਕੇ ਰੱਖਣੇ ਕੌਣੀਆਂ ਫੇਰ ਰੱਖੀਆਂ ਇੱਥੇ ਸਹੀ ਆ ਆਹ
I'm
كاكي بايا
ਰੱਖ ਲਓ ਪ੍ਰਸ਼ਾਦੇ ਹੋ Thank you.
ਉਹਦੇ ਨਾਲ ਲੜਦਾ ਸੀ
ਹੋਰ ਜੀ ਆ ਜਾਓ ਲਿਆਵਾ ਕੋਠੀ ਚੱਕ ਕੇ ਜਦੋਂ ਨੈਟ ਚੱਲਦਾ ਪਿਆ ਉਦੋਂ ਮੈਂ ਤੁਹਾਨੂੰ ਦੱਸ ਫੋਨ ਲਾ ਲਈ ਸਾਰੀ ਰੀਲ ਹੀ ਮਾਰਤੀ ਸਾਰੀ ਰੀਲ ਆਉਂਦੀ ਹਜੇ ਨਹੀਂ ਆਈ ਦੁਕਾਨ 'ਤੇ ਵਾਈਫਾਈ ਹੈਗਾ ਉਹ 'ਤੇ ਚਲਾ ਦਾਂਗੇ ਹੁਣ ਉਹ ਗੱਲਾਂ ਨਹੀਂ ਰਹਿ ਗਈਆਂ ਕੰਮ ਕਰਿਓ ਵੀ ਕਰਿਓ ਇਹਨੂੰ ਆਪਾਂ ਫ੍ਰੀ ਦੀਆਂ ਦੇਣੀਆਂ ਸੀ ਇਹਨਾਂ ਦੇ ਤਾਂ ਜਾਣੇ ਨੇ ਖਾਣੀਆਂ